ਅਸੀਂ ਰਾਤ ਦੇ ਮੁਸਾਫਿਰ, ਸਾਨੂੰ ਰਾਤਾਂ ਰਾਸ ਆਈਆਂ, ਦਿਨੇ ਤੰਗ ਕਰਦੀਆਂ ਨੇ ਮੈਨੂੰ ਮੇਰੀਆਂ ਪਰਛਾਈਆਂ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਇੰਡਸਟਰੀ ਦੇ ਉਸਤਾਦ ਮੰਨੇ ਜਾਣ ਵਾਲੇ ਬੱਬੂ ਮਾਨ, ਜਿਨ੍ਹਾਂ ਨੂੰ ਲੈਜੈਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਅਤੇ ਉਹਨਾਂ ਦੀਆਂ ਪੋਸਟ ਦੋਸਤੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਸੋ ਜਿੰਨੇ ਵੀ ਦਰਸ਼ਕ ਬੱਬੂ ਮਾਨ ਦੇ ਫੈਨ ਨੇ, ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਲਾਸਟ ਤੱਕ ਜ਼ਰੂਰ ਦੇਖਣਾ। ਇਹਨਾਂ ਪੋਸਟਾਂ ਵਿੱਚ ਦੋਸਤੋ ਉਹਨਾਂ ਨੇ ਆਪਣੀ ਪੁਰਾਣੀ ਡਾਇਰੀ, ਜਿਸ 'ਤੇ ਉਹਨਾਂ ਦੇ ਗਾਣੇ ਲਿਖੇ ਗਏ ਹਨ, ਇਹ ਸੌਂਗ ਉਹਨਾਂ ਨੇ 2004 ਵਿੱਚ ਲਿਖੇ ਸਨ ਅਤੇ ਗਾਏ 2019 ਵਿੱਚ ਹਨ, ਅਤੇ ਉਸ ਡਾਇਰੀ ਵਿੱਚ ਕੁਝ ਸੌਂਗ ਦੋਸਤੋ ਲਿਖੇ ਹੋਏ ਹਨ ਜਿਨ੍ਹਾਂ 'ਤੇ ਕੁਝ ਮੋਹਰਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਇਹ ਤਸਵੀਰਾਂ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਆਪਣੇ ਸੋਸ਼ਲ ਮੀਡੀਆ 'ਤੇ ਇਹ ਪੋਸਟਾਂ ਸ਼ੇਅਰ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਹੈ, ਲਿਖੇ ਕਾਲਜ ਟਾਈਮ 'ਤੇ ਰਜਿਸਟਰ ਕਰਾਏ 2004 ਵਿੱਚ, ਗਾਏ ਗਏ 2019 ਵਿੱਚ, ਉਸ ਤੋਂ ਬਾਅਦ ਕੁਝ ਗਾਣੇ ਦੀਆਂ ਲਾਈਨਾਂ ਵੀ ਸ਼ੇਅਰ ਕੀਤੀਆਂ ਹਨ, ਜੋ ਤੁਸੀਂ ਸਾਡੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ। ਸੋ ਦੋਸਤੋ, ਇੰਨੇ ਸਾਲ ਪਹਿਲਾਂ ਬੱਬੂ ਮਾਨ ਨੇ ਆਪਣੇ ਗਾਣੇ ਲਿਖ ਦਿੱਤੇ ਸਨ ਅਤੇ 2019 ਵਿੱਚ ਉਹਨਾਂ ਨੂੰ ਗਾਇਆ। ਇਸ ਡਾਇਰੀ ਵਿੱਚ ਜੋ ਕੁਝ ਲਿਖਿਆ ਹੈ ਤੁਸੀਂ ਸਾਫ਼ ਸਾਫ਼ ਦੇਖ ਸਕਦੇ ਹੋ, ਅਤੇ ਇਹਨਾਂ ਨੂੰ ਰਜਿਸਟਰਡ ਵੀ ਕੀਤਾ ਗਿਆ। ਇਹ ਫੋਟੋਆਂ ਦੋਸਤੋ ਕੁਝ ਪੁਰਾਣੀ ਡਾਇਰੀ ਦੇ ਪੇਜਾਂ ਵਿੱਚ ਲਈਆਂ ਗਈਆਂ ਹਨ। ਸੋ ਦੋਸਤੋ, ਤੁਸੀਂ ਦੇਖ ਸਕਦੇ ਹੋ। ਬੱਬੂ ਮਾਨ ਦੇ ਕੱਟੜ ਫੈਨ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕੋਨ ਕਲਿੱਕ ਕਰਨਾ ਨਾ ਭੁੱਲਣਾ। ਧੰਨਵਾਦ।